ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਗੁਰੂ ਨਾਨਕ ਚਮਤਕਾਰ ਉਸ ਦੇ ਕੁਝ ਅੰਸ਼ਾਂ ਨੂੰ ਇਕੱਤਰ ਕਰਕੇ ਇੱਕ ਪੁਸਤਕ ਛਪੀ ਹੈ ਜੀਵਨ ਕ੍ਰਣੀ ਅ ਉਸ ਵਿੱਚੋਂ ਇੱਕ ਅੰਸ਼ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਰੀਰ ਦੀਆਂ ਤਾਕਤਾਂ ਨਸ਼ਟ ਨਹੀਂ ਕਰੀਦੀਆਂ ਇਹਨਾਂ ਤਾਕਤਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਉੱਚੀਆਂ ਕਰਕੇ ਆਤਮ ਰੰਗ ਦਾ ਬਲ ਇਹਨਾਂ ਤੋਂ ਲਈਦਾ ਹੈ ਜਿਸ ਲਈ ਦੋ ਗੱਲਾਂ ਕਰਨੀਆਂ ਹਨ ਉਹ ਕਿਹੜੀਆਂ ਹਨ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮਰਦਾਨਾ ਹੰਝੂ ਪਾਰ ਕੇ ਪਾਦਸ਼ਾਹ ਮੇਰੀ ਮੌਤ ਮੇਰੇ ਪੇਟ ਦੇ ਹੱਥ ਹੈ ਸਤਗੁਰ ਮਰਦਾਨਿਆਂ ਪੇਟ ਮਾਇਆ ਹੈ ਇਹ ਸ਼ਰੀਰ ਮਾਇਆ ਹੈ ਪਰ ਫਿਰ ਇਹ ਸ਼ਰੀਰ ਦੀ ਪਿੜ ਹੈ ਜਿੱਥੇ ਛਿੰਝ ਪੈ ਰਹੀ ਹੈ ਤੇ ਅਸਾਂ ਮਲ ਮਾਰਨੀ ਤੇ ਉੱਚੇ ਹੋਣਾ ਹੈ। ਸ਼ਰੀਰ ਮਾਰਨਾ ਨਹੀਂ। ਸ਼ਰੀਰ ਦੀਆਂ ਤਾਕਤਾਂ ਨਸ਼ਟ ਨਹੀਂ ਕਰੀਦੀਆਂ। ਇਹਨਾਂ ਤਾਕਤਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਉੱਚੀਆਂ ਕਰਕੇ ਆਤਮ ਰੰਗ ਦਾ ਬਲ ਇਹਨਾਂ ਤੋਂ ਲਈਦਾ ਹੈ। ਹਾਂਜੀ ਫਿਰ ਦੁਹਰਾ ਦਈਏ। ਸ਼ਰੀਰ ਮਾਰਨਾ ਨਹੀਂ। ਸ਼ਰੀਰ ਦੀਆਂ ਤਾਕਤਾਂ ਨਸ਼ਟ ਨਹੀਂ ਕਰੀਦੀਆਂ। ਇਹਨਾਂ ਤਾਕਤਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਉੱਚੀਆਂ ਕਰਕੇ ਆਤਮ ਰੰਗ ਦਾ ਬਲ ਇਹਨਾਂ ਤੋਂ ਲਈਦਾ ਹੈ। ਸ਼ਰੀਰ ਮਾਇਆ ਹੈ। ਮਾਇਆ ਜਿਤਣੀ ਹੈ ਕਬਰਾਂ ਨਹੀਂ। ਮਾਇਆ satsang ਕਰਕੇ ਜਿਤਣੀ ਹੈ। ਦੋ ਗੱਲਾਂ ਕਰਿਆ ਕਰ। ਪਹਿਲਾ ਮਿੱਟੀ ਨੂੰ ਸਾਬਣ ਨਾਲ ਨਾ ਧੋਇਆ ਕਰ। ਮਿੱਟੀ ਦਾ ਕੁਝ ਨਹੀਂ ਧੋਪਦਾ। ਕਾਹਿਆਂ ਮਿੱਟੀ ਨੂੰ ਮਾਂਜਣ ਵਾਲੇ ਹਾਰ ਜਾਂਦੇ ਹਨ। ਤੂੰ ਮਿੱਟੀ ਦੇ ਛੱਲਾਂ ਦਾ ਜਾਣੂ ਹੋ ਤੇ ਕਾਬੂ ਪਾ ਤੇ ਜਾਣੂ ਹੋਣ ਲਈ ਤੇ ਕਾਬੂ ਪਾਉਣ ਲਈ ਨਾਮ ਦਾ ਵਿਸਾਰਾ ਨਾ ਕੀਤਾ ਕਰ ਤੇ ਚਿਤ ਕਰਤਾਰ ਦੀ ਚਰਨ ਸ਼ਰਨ ਪਿਆਰ ਨਾਲ ਰੱਖਿਆ ਕਰ ਹਾਂਜੀ ਪਹਿਲਾ ਮਿੱਟੀ ਨੂੰ ਸਾਬਣ ਨਾਲ ਨਾ ਧੋਇਆ ਕਰ ਮਿੱਟੀ ਦਾ ਕੁਝ ਨਹੀਂ ਧੋਪਦਾ ਕਾਇਆ ਮਿੱਟੀ ਨੂੰ ਮਾਂਜਣ ਵਾਲੇ ਹਾਰ ਜਾਂਦੇ ਹਨ ਤੂੰ ਮਿੱਟੀ ਦੇ ਛੱਲਾਂ ਦਾ ਜਾਣੂ ਹੋ ਤੇ ਕਾਬੂ ਪਾ ਤੇ ਜਾਣੂ ਹੋਣ ਲਈ ਤੇ ਕਾਬੂ ਪਾਉਣ ਲਈ ਨਾਮ ਦਾ ਵਿਸਾਰਾ ਨਾ ਕੀਤਾ ਕਰ ਤੇ ਚਿਤ ਕਰਤਾਰ ਦੀ ਚਰਨ ਸ਼ਰਨ ਪਿਆਰ ਨਾਲ ਰੱਖਿਆ ਕਰ ਦੂਸਰਾ ਚਿਤ ਚਰਨ ਸ਼ਰਨ ਰੱਖਣ ਦਾ ਜ਼ੋਰ ਨਹੀਂ ਲਾਈਦਾ ਸਹਿ ਸੁਭਾ ਸਾਵਧਾਨਤਾ ਨਾਲ ਲਾਈਦਾ ਹੈ ਘਬराईਦਾ ਨਹੀਂ ਭਰੋਸਾ ਰੱਖੀਦਾ ਹੈ ਜਦ ਭੁੱਖ ਹੈ ਦੁੱਖ ਹੈ ਲੋੜ ਹੈ ਮੁਸੀਬਤ ਹੈ ਤਦੋਂ ਨਾਮ ਨਾ ਛੱਡਿਆ ਕਰ ਸ਼ਰਨ ਵਸਿਆ ਤੇ ਚਰਨ ਗੋਹ ਕਰ ਫੜੀ ਰੱਖਿਆ ਕਰ ਧੀਰਜ ਧਾਰ ਕੇ ਕਬਰਾਇਆ ਨਾ ਕਰ ਕਬਰਾ ਵੀ ਤ੍ਰਿਸ਼ਨਾ ਹੈ ਕਰਤਾਰ ਆਪ ਸਹਾਈ ਹੋਵੇਗਾ ਹਾਂਜੀ ਫਿਰ ਦੁਹਰਾ ਦਈਏ ਦੂਸਰਾ ਚਿਤ ਚਰਨ ਸ਼ਰਨ ਰੱਖਣ ਦਾ ਜ਼ੋਰ ਨਹੀਂ ਲਾਈਦਾ ਸਹਿਜ ਸੁਭਾਵ ਸਾਵਧਾਨਤਾ ਨਾਲ ਲਾਈਦਾ ਹੈ ਕਬਰਾਈ ਦਾ ਨਹੀਂ ਭਰੋਸਾ ਰੱਖੀਦਾ ਹੈ जब भुख है दुख है लोड़ है मुसीबत है तदो नाम ना छड़िया कर शरण वस्या कर शरण वसिया चरण गह कर फड़ी रख्या कर तीर धार के घबराया ना कर घबरा भी तृष्णा है करतार आप होवेगा जिस दी शरण हां साडा पालक दुखरता है बस हूँ एक काबू पा के किसे हाल घबरा नहीं ਇਸ ਨਾਲ ਲਿਵ ਟੁੱਟ ਜਾਂਦੀ ਹੈ ਅੰਦਰਲੇ ਨੂੰ ਜੋ ਚਰਨ-ਸ਼ਰਨ ਰਖੀਦਾ ਹੈ ਉਹ ਤਾਰ ਟੁੱਟ ਜਾਂਦੀ ਹੈ ਫਿਰ ਮਨ ਦੇ ਮੰਡਲ ਵੀ ਤਾਂ ਸੋਚਾਂ ਹੀ ਸੋਚਾਂ ਹਨ ਤੇ ਝਗੜੇ ਹੀ ਝਗੜੇ ਹਨ ਕਲਿਆਣ ਤਾਂ ਪਾਰ ਪਾਰ ਹੈ ਲਿਵ ਵਿੱਚ ਮਰਦਾਨਿਆਂ ਸਿਮਰਨ ਨਾ ਹILLE ਧਿਆਨ ਨਾ ਡੋਲੇ ਤੂੰ ਵੱਡ ਭਾਗ ਹੈ ਤੇਰੇ ਤੇ ਮਹਿਰਮਤ ਹੋਈ ਹੈ ਆਪਾ ਦੇਖਣ ਦੀ ਹੁਣ ਹੋਣੀ ਹੈ ਆਪਾ ਵਸ ਕਰਨ ਦੀ ਹਾਂਜੀ ਮਰਦਾਨਿਆਂ ਸਿਮਰਨ ਨਾ ਹILLE ਧਿਆਨ ਨਾ ਡੋਲੇ ਤੂੰ ਵੱਡ ਭਾਗ ਹੈ ਤੇਰੇ ਤੇ ਮਹਿਰਾਮਤ ਹੋਈ ਆਪਾ ਦੇਖਣ ਦੀ ਹੁਣ ਹੋਣੀ ਹੈ ਆਪਾ ਵਸ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ